ਅਸਲਾਮੁਆਲਿਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਵਾਰੀ ਫਿਰ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ بڑے بڑے ਲੋਗ ਜਿਹੜੇ ਖਮੋਸ਼ ਹੋ ਗਏ ਸੀ ਔਰ ਕਿੱਥੇ ਕਿੱਥੇ ਜ਼ਲੀਲੋ ਖਵਾਰ ਵੀ ਰਹਿ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਹੀਨੇ ਔਰ ਉਹਨਾਂ ਨੂੰ ਹੁਣ ਬਰੂਨੀ ਤਾਕਤਾਂ ਜਿਹੜੀਆਂ ਨੇ ਉਹ ਦੁਬਾਰਾ ਮੁਤਹਰਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਪਾਕਿਸਤਾਨ ਦੇ ਖਿਲਾਫ ਔਰ ਰਿਆਸਤ ਪਾਕਿਸਤਾਨ ਦੇ ਖਿਲਾਫ ਤੇ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਕਿਸੇ ਸੂਰਤ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿੰਨਾ ਵੀ ਯੂਥੀਆ ਪਾਕਿਸਤਾਨ ਦੇ ਅੰਦਰ ਮੌਜੂਦ ਹੈ ਔਰ ਜਿਨੇ ਪਾਕਿਸਤਾਨ ਤੇ ਹਮਲਾ ਕੀਤਾ ਸੀ ਔਰ ਪਾਕਿਸਤਾਨ ਤੇ ਫੌਜ ਤੇ ਹਮਲਾ ਕੀਤਾ ਸੀ ਕਿਸੇ ਸੁਰਤ ਵੀ ਉਹਨਾਂ ਨੂੰ ਮਾਫੀ ਜਿਹੜੀ ਉਹ ਨਹੀਂ ਮਿਲਦੀ। ਔਰ ਜਿਹੜੇ ਬਾਹਰ ਦੇ ਮੁਲਕਾਂ ਵਿੱਚ ਮੌਜੂਦ ਨੇ ਇੰਗਲੈਂਡ ਵਿੱਚ, ਬਰਤਾਨੀਆ ਵਿੱਚ, ਯੂਰਪ ਵਿੱਚ, ਅਮਰੀਕਾ ਵਿੱਚ, ਆਸਟ੍ਰੇਲੀਆ ਵਿੱਚ, ਕੈਨੇਡਾ ਵਿੱਚ ਤੁਸੀਂ ਵੀ ਆਪਣਾ ਸਾਥਤਾ ਬਲਾਜ਼ਮੀ ਰੱਖਣਾ। ਇਹ ਮੈਂ ਤੁਹਾਨੂੰ ਦੱਸ ਦਿਆਂ। ਕਿਉਂਕਿ ਮਾਮਲਾ ਪਾਕਿਸਤਾਨ ਦੀ ਸਲਾਮਤੀ ਦਾ ਹੈ। ਔਰ ਯੂਥੀਆ ਔਰ ਪਾਕਿਸਤਾਨ ਇਕੱਠੇ ਨਹੀਂ ਚੱਲ ਸਕਦੇ। ਇਸ ਗੱਲ ਦਾ ਫੈਸਲਾ ਹੋ ਚੁੱਕਿਆ ਹੈ। اور ریاست پاکستان نے ਅਸੀਂ ਸਭ ਨੇ ਮਿਲ ਕੇ ਇਹ ਜਿਹੜਾ ਵਾਇਰਸ ਯੂਥੀਆ ਵਾਇਰਸ ਇਹਨੂੰ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਅਸੀਂ ਖਤਮ ਵੀ ਕਰਨਾ ਹੈ ਔਰ ਇਹਨੂੰ ਜੜ ਤੋਂ ਵੀ ਉਖਾੜਨਾ ਹੈ ਔਰ ਦੁਬਾਰਾ ਇਹ ਵਾਇਰਸ ਪਾਕਿਸਤਾਨ ਦੇ ਵਿੱਚ ਪੈਦਾ ਵੀ ਨਾ ਹੋਏ ਉਹ ਵੀ ਛੜਕਾਓ ਜਿਹੜਾ ਅਸੀਂ ਵਕਤਨ ਫ ਵਕਤਨ ਕਰਦੇ ਰਹਿਣਾ ਤੇ ਕੋਈ ਯੂਥੀਆ ਜਿਹੜਾ ਬਾਹਰ ਦੇ ਮੁਲਕਾਂ 'ਚ ਬੈਠ ਕੇ ਸੋਸ਼ਲ ਮੀਡੀਆ ਤੇ ਪਾਕ ਫੌਜ ਦੇ ਖਿਲਾਫ ਔਰ ਪਾਕਿਸਤਾਨ ਦੇ ਖਿਲਾਫ ਮਹਾਜ਼ਰੇ ਕਰ ਰਿਹਾ ਅੱਜ ਦੇ ਦਿਨ ਤੱਕ ਵੀ ਇਹ ਸਮਝ ਲਓ ਕਿ ਇਹਦਾ ਹਿਸਾਬ ਤੁਸਾਂ ਦੇਣਾ ਹੈ ਅੱਜ ਕੱਲ ਪਰਸੋਂ ਕਿਸੇ ਵਕਤ ਵੀ ਇਹ ਹਿਸਾਬ ਅਸੀਂ ਤੁਹਾਡੇ ਕੋਲੋਂ ਲੈ ਕੇ ਛੱਡਣਾ ਹੈ ਇਹ ਸਾਡਾ ਵੀ ਆਪਣੀ ਰਿਆਸਤ ਦੇ ਨਾਲ ਇਹ ਵਾਦਾ ਹੈ ਠੀਕ ਹੋ ਗਿਆ ਨਾ ਜੀ ਤੇ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਹਾਂ Imran Riaz Khan ਰਿਆਸਤ ਦੇ ਖਿਲਾਫ ਬਕਵਾਸ ਸ਼ੁਰੂ ਤੇ ਮੁਲਕ ਤੋਂ ਫਰਾਰੀ ਦੀ ਕੋਸ਼ਿਸ਼ ਇਹ ਕੀ ਮਾਮਲਾ ਹੈ ਇਹ ਮੈਂ ਤੁਹਾਡੇ ਸਾਹਮਣੇ ਗੋਸ਼ਟਗੁਜ਼ਾਰ ਕਰਨਾ ਚਾਹੁੰਦਾ ਹਾਂ ਉਸ ਤੋਂ ਬਾਅਦ ਫਵਾਦ ਚੌਧਰੀ ਦੀ ਬੇਗਮ ਦਾ ਗੰਦਾ ਇਲਜ਼ਾਮ ਵੱਡੀ ਖਬਰ ਇਹਦੇ ਵਿੱਚ ਇਹ ਵੀ ਤੁਹਾਨੂੰ ਦੱਸਣਿਆ ਵੇ ਗੰਦਾ ਇਲਜ਼ਾਮ ਉਹਨੇ ਕਿੱਦਿ ਤਲਾਇਆ ਕਿਉਂ ਲਾਇਆ ਇਹ ਕੀ ਵਾਕਿਆਤ ਨੇ ਕੀ ਹਾਲਾਤੋ ਵਾਕਿਆਤ ਨੇ ਦਾਲ ਜਿਹੜੀ ਉਹ ਜੁੱਤੀਆਂ ਦੇ ਵਿੱਚ ਵੰਡੀ ਜਾ ਰਹੀ ਹੈ ਦਾਲ ਤੋਂ ਯਾਦ ਆਇਆ ਕਿ ਅੱਜ ਮੌਸਮ ਬੜਾ ਠੰਡਾ ਸਾਡੇ ਕੋਲ ਵੀ ਹਵਾ ਹਨੇਰੀ ਬੜੀ ਤੇਜ਼ ਹੈ ਅਗਲ ਦਾਲ ਦੇ ਨਾਲ ਦੇਸੀ ਅੰਡਾ ਉਬਾਲ ਕੇ ਖਾਦਾ ਜਾਏ ਫੁਲਕੇ ਦੇ ਨਾਲ ਤੇ ਚਸ ਜਿਹੜੀ ਉਹ ਪੂਰੀ ਬਣਨੀ ਹੈ ਇਹਦਾ ਮੈਂ ਇੰਤਜ਼ਾਮ ਕਰਨਾ ਹੈ ਹੁਣ ਪ੍ਰੋਗਰਾਮ ਤੋਂ ਬਾਅਦ ਅੱਗੇ ਜਨਾਬ ਆਜੋ 190 ਮਿਲੀਅਨ ਪਾਉਂਡ ਵਫਾਕੀ ਵਸੀ ਵਜ਼ੀਰ ਦੀ ਵੱਡੀ ਗਵਾਹੀ ਤੇ ਨਿਆਜ਼ੀ ਵੜ ਗਿਆ ਇਹ ਕੀ ਮਾਮਲਾਤ ਨੇ ਇਹ ਮੈਂ ਤੁਹਾਡੇ ਸਾਹਮਣੇ ਗੋਸ਼ਟ ਗੁਜ਼ਾਰ ਕਰਨਾ ਚਾਹਨਾ ਖਬਰਾਂ ਬੜੀਆਂ ਤਤੀਆਂ ਨੇ ਮੌਸਮ ਸਾਡੇ ਕੋਲ ਬਹੁਤ ਠੰਡਾ ਹੈ ਹਨੇਰੀ ਦੀ ਫਿਰ ਪੇਸ਼ ਕੋਈ ਜਿਹੜੀ ਹੈ ਮਹਿਕਮਾ ਮੌਸਮ ਯਾਤ ਨੇ ਕਰ ਦਿੱਤੀ ਹੈ ਤੇ ਲੱਗਦਾ ਹੈ ਕਿ ਸਾਨੂੰ ਘਰੋਂ ਬਾਹਰ ਨਿਕਲ ਨਹੀਂ ਦੇਣਾ ਇੱਥੋਂ ਦੀ ਹਕੂਮਤ ਨੇ ਠੀਕ ਹੋ ਗਿਆ ਜ਼ਹਿਰੀ ਗੱਲ ਹੈ ਇਹ ਹਕੂਮਤਾਂ ਆਪਣੀ ਆਪਣੇ ਸ਼ਹਿਰੀਆਂ ਦੀ ਹਿਫਾਜ਼ਤ ਵਾਸਤੇ ਇਹ ਸਾਰੇ ਇੰਤਜ਼ਾਮਾਤ ਜਿਹੜੀਆਂ ਨੇ ਉਹ ਕਰਦੀਆਂ ਨੇ ਪਹਿਲੀ ਖਬਰ ਤੇ ਸਰਕਾਰ ਅਸੀਂ ਆ ਜਾਈਏ ਇਮਰਾਨ ਰਿਆਜ਼ ਖਾਨ ਰਿਆਸਤ ਦੇ ਖਿਲਾਫ ਬਕਵਾਸ ਸ਼ੁਰੂ ਤੇ ਮੁਲਕ ਤੋਂ ਫਰਾਰੀ ਦੀ ਕੋਸ਼ਿਸ਼ ਇਹon ਇਮਰਾਨ ਰਿਆਜ਼ ਖਾਨ 9 ਮਈ ਦੇ ਹਮਲਿਆਂ ਦੇ ਵਿੱਚ ਪੇਸ਼ ਪੇਸ਼ ਮਲਵਤ ਸੀ ਔਰ ਹਜ਼ਾਰਾਂ ਔਰ ਲੱਖਾਂ ਲੋਕਾਂ ਨੂੰ ਇਹਨੇ ਫੌਜ ਦੇ ਖਿਲਾਫ ਭੜਕਾਇਆ ਆਪਣੀਆਂ ਵੀਡੀਓ ਦੇ ਜ਼ਰੀਏ ਔਰ ਆਪਣੇ ਟਵਿੱਟਰ ਦੇ ਜ਼ਰੀਏ ਔਰ ਇਸ ਕੱਲ ਦਾ ਤੁਹਾਨੂੰ ਸਬੂਤ ਵੀ ਤੁਹਾਡੇ ਕੋਲ ਮੌਜੂਦ ਹੈ ਔਰ ਵੀਡੀਓ ਵੀ ਕਿਦਰੇ ਨਾ ਕਿਦਰੇ ਮੌਜੂਦ ਨੇ ਔਰ ਹਰ ਪਾਸੇ ਇਹ ਰੌੜਾ ਵੀ ਮੌਜੂਦ ਹੈ ਉਸ ਤੋਂ ਬਾਅਦ ਇਹਨੇ ਪਾਕਿਸਤਾਨ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਮੇਰੇ ਖਿਆਲ ਨਾਲ 10 ਕੇ 11 ਮਈ ਦੀ ਰਾਤ ਸੀ ਆਵਾਮ ਨੂੰ ਫੌਜ ਦੇ ਖਿਲਾਫ ਭੜਕਾ ਕੇ ਤੇ ਇਹਨੇ ਪਾਕਿਸਤਾਨ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਔਰ ਪਾਕਿਸਤਾਨ ਦੇ ਅਦਾਰਿਆਂ ਨੇ ਇਹਨੂੰ ਸਿਆਲਕੋਟ 에ਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਔਰ ਉਸ ਤੋਂ ਬਾਅਦ ਇਹਦਾ ਜੂਏ ਦਾ ਅੱਡਾ ਜੂਆਖਾਨਾ ਸਾਰਾ ਲੜਾਈਆਂ ਉੱਥੇ ਹੁੰਦੀਆਂ ਰਹੀਆਂ ਸੱਟਾਂ ਵੱਜੀਆਂ ਸਾਰਾ ਕੁਝ ਹੋਇਆ ਹਸਪਤਾਲ ਦਾਖਲ ਐਂਬੂਲੈਂਸਾਂ ਤੇ ਉਹ ਸਾਰੇ ਖਾਤੇ ਵੀ ਅਸੀਂ ਤੁਹਾਨੂੰ ਨਾਲ ਨਾਲ ਉਦੋਂ ਦੱਸਦੇ ਰਹੇ ਸੀ ਔਰ 4-5 ਮਹੀਨੇ ਜਿਹੜਾ ਇਹ ਇਹ ਖੁਦ ਸਖਤ ਦਾ ਰੁਪੋਸ਼ੀ ਜਿਹੜੀ ਹੈ ਇਹਦੀ ਰਹੀ ਹੈ ਔਰ ਤਸ਼ਦਦ ਵੀ ਇਹਦੇ ਤੇ ਕੀਤਾ ਇਹਦੇ ਉਹ ਜਿਹੜੇ ਪਾਰਟਨਰ ਸੀ ਉਹ ਜੂਏ ਵਾਲੇ ਸਿਆਲਕੋਟ ਦੇ ਵਿੱਚ ਔਰ ਉਸ ਤੋਂ ਬਾਅਦ ਹੋਰ ਵੀ ਕਈ ਕਹਾਣੀਆਂ ਤੇ ਕਈ ਤੰਦੇ ਨੇ ਕੰਮ ਤੇ ਇੱਕ ਵੀ ਇਮਰਾਨ ਰਿਆਜ਼ ਖਾਨ ਦਾ ਜਿਹੜਾ ਨਾ ਇਹ ਚੰਗਾ ਨਹੀਂ ਸੀ ਔਰ ਬਾਹਰ ਦੀਆਂ ਤਾਕਤਾਂ ਕੋਲੋਂ ਵੀ ਇਹ ਪੈਸੇ ਖਾਂਦਾ ਸੀ ਔਰ YouTube ਤੋਂ ਵੀ ਇਹ ਪੈਸੇ ਤੜਾ ਤੜ ਯੂਥੀਆਂ ਦੇ ਜ਼ਰੀਏ ਇਹ ਕਮਾਰਿਆ ਸੀ ਹੁਣ ਜਨਾਬ ਇਹ ਜਦੋਂ ਇਹ ਬਾਜ਼ੀਆਬ ਹੁੰਦਾ ਆਪਣੀ ਖੁਦ ਸਖਤ ਦਾ ਜਿਹੜੀ ਇਹਨੇ ਰੂਪੋਸ਼ੀ ਬਣਾਈ ਸੀ ਆਪਣੇ ਕਾਲੇ ਕਰਤੂਤਾਂ ਦੀ ਵਜ੍ਹਾ ਤੋਂ ਯਕਦਮ ਫਿਰੇ ਬਾਜ਼ਿਆਬ ਹੋ ਜਾਂਦਾ ਹੈ ਬਾਜ਼ਿਆਬ ਹੁਣ ਤੋਂ ਬਾਅਦ ਦਾੜੀ ਵਧੀ ਹੈ ਔਰ ਯੁੱਥੀਏ ਜਿਹੜੇ ਨੇ ਉਹ ਤਮਾਈ ਜਾ ਰਹੇ ਨੇ ਕਿ ਦੀ ਜ਼ਬਾਨ ਕੱਟ ਦਿੱਤੀ ਹੈ ਫਲਾਨੀ ਸ਼ੈਅ ਕੱਟ ਦਿੱਤੀ ਹੈ ਇਹ ਕੱਟ ਦਿੱਤਾ ਹੈ ਉਹ ਕੱਟ ਦਿੱਤਾ ਹੈ ਇਸ ਤਰ੍ਹਾਂ ਦੀਆਂ ਬਕਵਾਸੀਅਤ ਵੀ ਜਿਹੜੀਆਂ ਨੇ ਨਾ ਉਹ ਚਲਦੀਆਂ ਰਹੀਆਂ ਸੋਸ਼ਲ ਮੀਡੀਆ ਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਨਾ ਇਹ ਸੋਸ਼ਲ ਮੀਡੀਆ ਤੇ ਕੁ ਦੋ ਤਰੇ ਹਫ਼ਤੇ ਪਹਿਲੇ ਤੋਂ ਲੱਗ ਕੇ ਹੁਣ ਤੱਕ ਇਹ ਕੈਂਪੇਨ ਚਲਾਈ ਗਈ ਕਿ Imran Riaz Khan ਵਾਪਸ ਆ ਰਿਹਾ ਹੈ ਔਰ ਫੌਜ ਦੀ ਮੰਨਜੀ ਠੋਕੇਗਾ ਔਰ ਅਦਾਰਿਆਂ ਦੀ ਮੰਨਜੀ ਠੋਕੇਗਾ ਔਰ ਸਾਰਾ ਕੁਝ ਬੇਨਕਾਬ ਕਰ ਦੇਗਾ ਇਹ ਕਰ ਦੇਗਾ Imran Khan ਦਾ ਅਸਲ ਸਪਾਈ ਜਿਹੜਾ ਇਹ Imran Riaz Khan ਹੈ ਇਸ ਤਰ੍ਹਾਂ ਦੀ ਬਕਵਾਸ ਸਿਆਸ ਜਿਹੜੀ ਨਾ ਸੋਸ਼ਲ ਮੀਡੀਆ ਤੇ ਦੋ ਤਰ੍ਹਾਂ ਹਫਤੇ ਤੋਂ ਸ਼ੁਰੂ ਸੀ ਔਰ ਫਿਰ ਇਕਦਮ ਇਹਨੂੰ ਸੋਸ਼ਲ ਮੀਡੀਆ ਤੇ ਇਹਦੀ ਇਹ ਨਾਲ ਪ੍ਰੋਗਰਾਮ ਵੀ ਰਿਕਾਰਡ ਕਰਦਾ ਹੈ ਇਹਦਾ ਵਕੀਲ ਠੀਕ ਹੋ ਗਿਆ ਨਾ ਔਰ ਉਸ ਤੋਂ ਬਾਅਦ ਫਿਰ ਇੱਕ ਲੰਮੀ ਸੋਸ਼ਲ ਮੀਡੀਆ ਤੇ ਬੈਸ ਜਿਹੜੀ ਉਹ ਛੇੜ ਦਿੱਤੀ ਕਿ ইমরান ਰਿਆਜ਼ ਖਾਨ ਵਾਪਸ ਆ ਗਿਆ ਸ਼ੇਰ ਵਾਪਸ ਆ ਗਿਆ ਹੁਣ ਨਹੀਂ ਛੱਡੇਗਾ ਕਿਸੇ ਨੂੰ ਹੁਣ ਜਨਾਬ ਦਸਾਂ ਕੱਢ ਦੇਗਾ ਇਹ ਕਰ ਦੇਗਾ ਉਹ ਕਰ ਦੇਗਾ ਉਹ ਜਨਾਬ ਜੋ ਸਾਡੇ ਕੋਲ ਖਬਰ ਆਉਂਦੀ ਹੈ ਇਹ ਪਾਕਿਸਤਾਨ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਔਰ ਸਾਡੀ ਇਤਲਾਹ ਦੇ ਮੁਤਾਬਕ ਇਹ ਬਰਤਾਨੀਆ ਜਾਣਾ ਚਾਹ ਰਿਹਾ ਔਰ ਬਰਤਾਨੀਆ ਦੀ ਹਾਈ ਕਮਿਸ਼ਨਰ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਮਬਜਨਾ ਤੌਰ ਤੇ ਉਹਦੇ ਨਾਲ ਇਹਦੀਆਂ ਕੁ ਮੁਲਾਕਾਤਾਂ ਵੀ ਹੋਈਆਂ ਨੇ ਖੁਫੀਆ ਔਰ ਉੱਥੇ ਇਹਨੇ ਵੀਜ਼ੇ ਸ਼ੀਜ਼ੇ ਦਾ ਵੀ ਸਾਖਤਾ ਜਿਹੜਾ ਉਹ ਲਾਣ ਦੀ ਕੋਸ਼ਿਸ਼ ਕੀਤੀ ਹੈ ਔਰ ਪਿੱਛੇ ਇਹਦੇ ਉਹੀ ਤਾਕਤਾਂ ਬੈਠੀਆਂ ਜਿਨ੍ਹਾਂ ਦੇ ਪਿੱਛੇ ਉਹ ਤਾਕਤਾਂ ਨੇ ਯਾਨੀ ਜਿਵੇਂ ਆਦਲ ਰਾਜਾ ਮੁਲਕ ਦੁਸ਼ਮਣ ਉਹਦੇ ਪਿੱਛੇ ਵੀ ਉਹ ਤਾਕਤਾਂ ਬੈਠੀਆਂ ਹੈਦਰ ਮਹਿਦੀ ਪਿੱਛੇ ਬੈਠੀਆਂ ਮੁਇਦ ਪੀਰ ਜ਼ਾਦਾ ਉਸ ਤੋਂ ਬਾਅਦ ਵਕਾਰ ਮਲਕ ਸ਼ਹਾਬਉਦੀਨ ਇਸ ਇਹਨਾਂ ਸਾਰਿਆਂ ਨੂੰ ਜਿਹੜੀਆਂ ਤਾਕਤਾਂ ਪੈਸੇ ਦਿੰਦੀਆਂ ਯਾਨੀ ਕਿ ਭਾਰਤੀ ਖੁਫੀਆ ਏਜੰਸੀ ਉਹ ਸਾਰਾ ਸਾਖਤਾ ਕਰਕੇ ਤੇ ਇਹ ਜਿਹੜਾ ਬੰਦਾ ਇਮਰਾਨ ਰਿਆਜ਼ ਖਾਨ ਇਹਨੂੰ ਦੁਬਾਰਾ ਰਿਆਸਤ ਦੇ ਖਿਲਾਫ ਉਕਸਾਣ ਆਸਤੇ ਵੀਡੀਓ ਬਣਾਉਣ ਆਸਤੇ YouTube ਤੇ ਦੁਬਾਰਾ ਆਉਣ ਆਸਤੇ ਉਹ ਤਾਕਤਾਂ ਸਰਗਰਮ ਹੋ ਚੁੱਕੀਆਂ ਹਨ ਔਰ ਇਤਲਾ ਸਾਡੇ ਕੋਲ ਇਹ ਹੈ ਕਿ ਅਗਲੇ ਚੰਦ ਹਫ਼ਤਿਆਂ ਦੇ ਵਿੱਚ ਇਹ ਪਾਕਿਸਤਾਨ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰੇਗਾ ਔਰ ਜਿਸ ਤਰ੍ਹਾਂ ਇਹ ਸਾਰੇ ਲੋਕ ਪਾਕਿਸਤਾਨ ਤੋਂ ਫਰਾਰ ਹੋ ਕੇ ਰਿਆਸਤ ਦੇ ਪਾਕਿਸਤਾਨ ਦੇ ਖਿਲਾਫ ਜ਼ਹਿਰ ਉਗਲ ਰਹੇ ਨੇ ਇਨੂੰ ਵੀ ਉਸ ਟੀਮ ਦਾ ਹਿੱਸਾ ਬਣਾਇਆ ਜਾ ਰਿਹਾ ਏ ਬੜੇ ਮਨਜ਼ਮ ਤਰੀਕੇ ਦੇ ਨਾਲ ਜਿਸ ਤਰ੍ਹਾਂ ਉਹ आफताब इकबाल ਭੰਡ ਜਿਹੜਾ ਉਹ ਆਪਣੇ ਸਾਰੇ ਭੰਡ ਲੈ ਕੇ ਆਪਣਾ ਛਾਬੜਾ ਲੈ ਕੇ ਦੁਬਈ ਨਸ ਕੇ ਔਰ ਦੁਬਈ ਤੋਂ ਪਾਕ ਫੌਜ ਔਰ ਪਾਕਿਸਤਾਨ ਦੇ ਖਿਲਾਫ ਮਹਿੰਮ ਸਾਜੀ ਕਰ ਰਿਹਾ ਔਰ ਦੂਸਰੇ ਜਿਹੜੇ ਨੇ ਆਦਲ ਰਾਜਾ ਅਰੀ ਸ਼ਾਹਬੁੱਦੀਨ ਅਰੀ ਵਕਾਰ ਮਲਕ ਕਰੀ ਉਹ ਬਰਤਾਨੀਆਂ ਤੋਂ ਕਰ ਰਹੇ ਨੇ ਕੁਝ ਕੈਨੇਡਾ ਤੋਂ ਕਰ ਰਹੇ ਨੇ ਔਰ ਸ਼ਬਾਜ਼ ਗਿੱਲ ਔਰ ਮੁਈਦ ਪੀਰ ਜ਼ਿਆਦਾ ਅਮਰੀਕਾ ਤੋਂ ਕਰ ਰਹੇ ਨੇ ਇਹਨਾਂ ਸਾਰਿਆਂ ਨੂੰ ਪੈਸੇ ਭਾਰਤੀ ਖੁਫੀਆ ਏਜੰਸੀ ਦੇ ਇਹਦੇ ਸਬੂਤ ਵੀ ਮੌਜੂਦ ਨੇ ਅਦਾਰਿਆਂ ਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਤੇ ਇਹ ਜਨਾਬ ਇਹ ইমরান ਰਿਆਜ਼ ਖਾਨ ਜਿਹੜਾ ਇਹ ਦੁਬਾਰਾ ਪਾਕਿਸਤਾਨ ਦੇ ਖਿਲਾਫ ਔਰ ਫੌਜ ਦੇ ਖਿਲਾਫ ਬਕਵਾਸ ਕਰਨ ਆਸਤੇ ਤਿਆਰ ਹੋ ਚੁੱਕਿਆ ਜੋ ਸਾਡੇ ਕੋਲ ਰਿਪੋਰਟ ਹੈ ਔਰ ਬਰਤਾਨੀਆ ਜਾਂ ਦੁਬਈ ਇਹ ਜਾਣਾ ਚਾਹ ਰਿਹਾ ਔਰ ਇਹਦੇ ਤੇ ਕਾਫੀ ਹோம்ਵਰਕ ਜਿਹੜਾ ਇਹ ਹੋ ਚੁੱਕਿਆ ਤੇ ਮੈਂ ਆਪਣੇ ਅਦਾਰਿਆਂਗੇ ਇਹ ਗੁਜ਼ਾਰਿਸ਼ ਕਰਾਂ ਦਾ ਕਿ ਇਹ ਦੁਬਾਰਾ ਇਹਨੂੰ ਨਾ ਤੇ ਕੋਈ ਬਾਹਰ ਦਾ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾਏ ਇਹਦਾ ਪਾਸਪੋਰਟ ਵੀ ਲੈ ਲਿਆ ਜਾਏ ਤਾਂ ਕਿ ਇਹ ਨਵਾਂ ਕਟਾ ਜਿਹੜਾ ਅਸੀਂ ਨਾ ਖੋਲ ਬਵੀਏ ਕਿਉਂਕਿ ਇਹਨਾਂ ਦੇ ਅੰਦਰ ਮੁਲਕ ਦੁਸ਼ਮਨੀ ਭਰੀ ਜਾ ਚੁੱਕੀ ਹੈ। ਔਰ ਇਹ ਪਾਕਿਸਤਾਨ ਦੇ ਵਿੱਚ ਹੀ ਚੰਗਾ ਹੈ ਤਾਂ ਕਿ ਇਹਦਾ ਇਹਦਾ ਖਾਤਾ ਜਿਹੜਾ ਹੈ ਨਾ ਇਹ ਸਿੱਧਾ ਕੀਤਾ ਜਾਏ। ਔਰ ਉਹਨੂੰ ਕਿਸੇ ਸੂਰਤ ਵੀ ਬਰਤਾਨੀਆ ਜਾਂ ਦੁਬਈ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਏ ਔਰ ਇਹਦਾ ਜਿਹੜਾ ਵੀ ਮੱਕੂ ਠਪਣਾ ਉਹ ਠਪਿਆ ਜਾਏ ਔਰ ਮੈਂ ਇਹ ਸਮਝਾਂ ਮੈਂ ਤੁਕਾਰ ਦੁਬਾਰਾ ਗ੍ਰਿਫਤਾਰ ਕਰ ਲਿਆ ਜਾਏ। ਕਿਉਂਕਿ ਇਹ ਕੀੜਾ ਜਿਹੜਾ ਹੈ ਸੱਟਾਂ ਮਾਰਦਾ ਰਹਿਣਾ ਕਿਉਂਕਿ ਇੱਕ ਨਸਲ ਯਾਸੀ ਤਿਆਰ ਕਰ ਦਿੱਤੀ ਹੈ ਨਾ ਨਿਆਜ਼ੀ ਨੇ ਮੈਂ ਉਹ ਸੱਟਾਂ ਮਾਰਦਾ ਰਹਿਣਾ ਸੱਟਾਂ ਮਾਰਦਾ ਰਹਿਣਾ ਇੱਕ ਦੁਸ਼ਮਣੀ ਮੁਲਕ ਦੁਸ਼ਮਣ ਨਸਲ ਜੂ ਪੈਦਾ ਕਰ ਦਿੱਤੀ ਤੇ ਸੱਟਾਂ ਦੇ ਉਸ ਮਾਰਨੀਆਂ ਨੇ ਜਿੰਨੀ ਦੇਰ ਤੱਕ ਇਹਨਾਂ ਦੀ ਨਜ਼ਰ ਦੇ ਵਿੱਚ ਮੁਲਕ ਤਬਾਹ ਨਹੀਂ ਹੋਣਾ ਉਨੀ ਦੇਰ ਤੱਕ ਇਹ ਸੱਟਾਂ ਮਾਰਦੀਆਂ ਰਹਿਣੀਆਂ ਨਾ ਠੀਕ ਹੈ ਨਾ ਜੀ ਤੇ ਇਸ ਵਾਸਤੇ ਇਹ ਮੈਂ ਪਹਿਲੇ ਤੁਹਾਨੂੰ ਦੱਸ ਦੇਣਾ ਕਿ ਰਿਆਸਤ ਦੇ ਖਿਲਾਫ ਬੋਲਣ ਵਾਸਤੇ ਤਿਆਰ ਜੇ ਇਮਰਾਨ ਰਿਆਜ਼ ਖਾਨ ਬਾਹਰ ਜਾਣ ਵਾਸਤੇ ਵੀ ਇਹ ਕੋਸ਼ਿਸ਼ ਕਰ ਰਿਹਾ ਬਰਤਾਨੀਆ ਜਾਂ ਦੁਬਈ ਇਹਦਾ ਰਸਤਾ ਜਿਹੜਾ ਇਹ ਰੋਕਿਆ ਜਾਏ ਤੇ ਦੁਬਾਰਾ ਇਹ ਖਾਤਾ ਜਿਹੜਾ ਨਾ ਇਹ ਨਹੀਂ ਖੁੱਲਣਾ ਚਾਹੀਦਾ ਇਹ ਕਿਉਂਕਿ ਫਿਰ ਗੱਲ ਜਿਹੜੀ ਹੈ ਨਾ ਉਹ ਬੜੀ ਵੱਧ ਜਾਣੀ ਹੈ ਠੀਕ ਹੋ ਗਿਆ ਨਾ ਜੀ ਅੱਛਾ ਜੀ ਅਗਲੀ ਖਬਰ ਤੇ ਆ ਜਾਈਓ ਫਵਾਦ ਚੌਧਰੀ ਦੀ ਬੀگم ਦਾ ਗੰਦਾ ਇਲਜ਼ਾਮ ਇਹਨ ਫਵਾਦ ਚੌਧਰੀ ਸਾਹਿਬ ਦੀ ਬੀگم ਸਹਬਾ ਜਿਹੜੀਆਂ ਨੇ ਇਹ ਵੀ ਦਰਬਾਰ ਨੇ ਅੱਜ ਅੱਜਕੱਲ ਤੇ ਬੜਾ ਸ਼ੌਕ ਸੀ ਇਹਨਾਂ ਨੂੰ ਵੀ ਜ਼ਮਾਨ ਪਾਰਕ ਕੇ ਜਾ ਕੇ ਨਿਆਜ਼ੀ ਦੇ ਨਾਲ ਇੰਜ ਨਾਲ ਮੋੜੇ ਤੇ ਮੋੜਾ ਜੋੜ ਕੇ ਤੇ سینੇ ਤੇ ਨਾਲ سینਾ ਜੋੜ ਕੇ ਤਸਵੀਰਾਂ ਖਚਾਣੀਆਂ ਤੇ ਅਸੀਂ ਇਮਰਾਨ ਖਾਨ ਦੇ ਸਪਾਹੀ ਆ ਤੇ ਅਸੀਂ ਇਹ ਆਂ ਤੇ ਅਸੀਂ ਉਹ ਆਂ ਤੇ ਅਸੀਂ ਫਲਾਂਗ ਕਰਦੇਾਂਗੇ ਤੇ ਟੀਮ ਕਰਦੇਾਂਗੇ ਤੇ ਤੇਰਾ ਪਿਓ ਵੀ ਆਜ਼ਾਦੀ ਦੇਗਾ ਤੇ ਤੇਰੀ ਬੇਬੇ ਵੀ ਆਜ਼ਾਦੀ ਦੇਗੀ ਇਸ ਤਰ੍ਹਾਂ ਫੌਜ ਦੇ ਖਿਲਾਫ ਇਹ ਸਾਰੇ ਨਾਰੇ ਇਹ ਫਵਾਦ ਚੌਧਰੀ ਉਹਦੀ ਬੀਬੀ ਜਿਹੜੀ ਹੈ ਇਹ ਲਵਾਂਦੇ ਫੜੇ ਗਏ ਸਨ ਯਾਦ ਕਰੋ ਨਜ਼ਮਾਨ پارک ਵਾਲੀਆਂ ਸਾਰੀਆਂ ਵੀਡੀਓ ਔਰ ਸਾਖਤਬ ਔਰ ਇਹ ਹੁਣ ਜਨਾਬ ਫਵਾਦ ਸਾਹਿਬ ਜਿਹੜੇ ਉਹ ਜੇਲ ਚ ਨੇ ਕਈ ਮੁਕਤਮਾਤ ਨੇ ਉਹਨਾਂ ਤੇ ਤੇ ਇਹ ਬੀਬੀ ਜਿਹੜੀ ਹੈ ਇਹਨੇ ਆਪਣੇ ਦੇਵਰ ਦੇ ਉੱਤੇ ਬਹੁਤ ਵੱਡਾ ਇਲਜ਼ਾਮ ਲਾ ਦਿੱਤਾ ਅੱਜ ਇਹ ਕਹਿੰਦੀ ਹੈ ਕਿ ਮੈਨੂੰ ਜੇਲ੍ਹ ਦੇ ਵਿੱਚ ਮੁਲਾਕਾਤ ਨਹੀਂ ਕਰਾਨ ਦਿੱਤੀ ਗਈ ਫਵਾਦ ਦੇ ਨਾਲ ਔਰ ਇਹਦੇ ਪਿੱਛੇ ਉਹਦਾ ਦੇਵਰ ਜਿਹੜਾ ਹੈ ਨਾ ਉਹ ਫੈਸਲ ਚੌਧਰੀ ਦਾ ਹੱਥ ਹੈ ਉਹ ਨਹੀਂ ਮੁਲਾਕਾਤ ਕਰਵਾਣ ਦੇ ਰਿਹਾ ਔਰ ਫਵਾਦ ਦੀ ਅਦਾਲਤ ਦੇ ਵਿੱਚ ਪੇਸ਼ੀ ਸੀ ਉਹ ਵੀ ਉਹਨੇ ਸਾਨੂੰ ਨਹੀਂ ਦੱਸਿਆ ਇਹ ਸਾਡੇ ਕੋਲੋਂ ਛਿਪਾ ਰਿਹਾ ਹੈ ਮੇਰੇ ਕੋਲੋਂ ਔਰ ਮੇਰੇ ਬੱਚਿਆਂ ਕੋਲੋਂ ਔਰ ਇਹ ਆਪਣੀ ਭਾਬੀ ਔਰ ਪਾਤੀਜੀਆਂ ਦਾ ਹੱਕ ਜਿਹੜਾ ਇਹ ਬੰਦਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਮਤਲਬ ਇਹ ਵੇਕ ਜਿਹੜੀ ਜਾਇਦਾਦ ਉਹ ਇਹ ਸਾਡੇ ਕੋਲੋਂ ਖੋਣ ਦੀ ਕੋਸ਼ਿਸ਼ ਕਰ ਰਿਹਾ ਇਹਦੀ ਇਹ ਕੋਸ਼ਿਸ਼ ਹੈ ਕਿ ਫਵਾਦ ਜਿਹੜਾ ਅਗਲੇ 5 7 10 ਸਾਲਾਂ ਵਾਸਤੇ ਅੰਦਰ ਹੀ ਰਵੇ ਤੇ ਜਿਹੜੀ ਸਾਡੀ ਖਾਨਦਾਨੀ ਜਾਇਦਾਦ ਹੈ ਜ਼ਮੀਨ ਹੈ ਹੋਰ ਸਾਖਤਾਬੇ ਔਰ ਜਿਹੜਾ ਪੈਸਾ ਅਸੀਂ ਲੁੱਟੇ ਆ ਪਿਛਲੇ 4 5 ਸਾਲ ਦੇ ਵਿੱਚ ਠੇਕਿਆਂ ਚੋਂ ਠੇਲੇਆਂ ਚੋਂ ਮਹਿਕਮਿਆਂ ਚੋਂ وزارتਾਂ ਚੋਂ ਜੋ ਅਸੀਂ ਲੁੱਟੇ ਆ ਮਿਲ ਬੈ ਕੇ ਉਹ ਪੈਸਾ ਜਿਹੜਾ ਹੈ ਉਹ ਜਦਾਦ ਜਿਹੜਾ ਹੈ ਉਹ ਸਾਰਾ ਸਾਖਤਾ ਵੀ ਇਹ ਵਲੇਟਣਾ ਚਾਹੁੰਦਾ ਹੈ ਇਹ ਜਿਹੜਾ ਫੈਸਲ ਚੌਧਰੀ ਤੇ ਇਹ ਇਹ ਫਵਾਦ ਚੌਧਰੀ ਦੀ ਬੀگم ਹਿਬਾ ਨੇ ਇਹ ਬਹੁਤ ਵੱਡਾ ਇਲਜ਼ਾਮ ਆਪਣੇ ਦੇਵਰ ਫੈਸਲ ਚੌਧਰੀ ਤੇ ਲਾ ਦਿੱਤਾ ਹੈ ਜ਼ੈਰੀ ਗੱਲ ਹੈ ਚੋਰੀ ਦਾ ਪੈਸਾ ਤੇ ਇਹ ਹੁਣ ਵੰਡਣ ਦਾ ਵਕਤ ਆ ਗਿਆ ਤੇ ਜਦੋਂ ਚੋਰੀ ਦਾ ਪੈਸਾ ਵੰਡਿਆ ਜਾਣਾ ਤੇ ਲੜਾਈ ਤੇ ਹੋਣੀ ਹੈ ਤੇ ਚੀਕਾਂ ਦੇ ਨਿਕਲਣੀਆਂ ਨੇ ਤੇ ਇਹ ਹੁਣ ਹਿੱਬਾ ਸਾਹਿਬਾ ਜਿਹੜੀ ਹੈ ਇਹ ਆਪਣੇ ਦੇਵਰ ਦੇ ਉੱਤੇ ਬਹੁਤ ਕਨਾਉਣਾ ਇਲਜ਼ਾਮ ਇਨ ਇਨ ਲਾਜਤਾ ਹੈ ਕਿ ਇਹ ਸਾਡੀ ਜਦਾਦ ਔਰ ਪੈਸਾ ਵੀ ਹਥਿਆਣਾ ਚਾ ਰਿਹਾ ਤੇ ਫਵਾਦ ਨੂੰ ਵੀ ਇਹ ਅਗਲੇ 5 7 8 ਸਾਲ ਵਾਸਤੇ ਅੰਦਰ ਕਰਵਾਉਣਾ ਚਾ ਰਿਹਾ ਇਹ ਹੁਣ ਫਵਾਦ ਜਾਣੇ ਫੈਸਲ ਜਾਣੇ ਤੇ ਹਿੱਬਾ ਜਾਣੇ ਤੇ ਖਾਨ ਸਾਹਿਬ ਜਾਣਨ ਗੱਲ ਇਸ ਹੱਦ ਤੱਕ ਜਿਹੜੀ ਹੈ ਨਾ ਇਹ ਵੱਧ ਚੁੱਕੀ ਹੈ ਅੱਗੇ ਜਨਾਬ ਤੁਸੀਂ ਆਜੋ 190 ਮਿਲੀਅਨ ਪਾਉਂਡ وفاقی وزیر ਦੀ ਵੱਡੀ ਗਵਾਹੀ ਤੇ ਨਿਆਜ਼ੀ ਵੜ ਗਿਆ ਇਹ ਹੁਣ ਅਲਕਾਦਰ ਟਰਸਟ 190 ਮਿਲੀਅਨ ਪਾਉਂਡ 60 ਅਰਬ ਰੁਪਈਆ ਮਲਕ ਰਿਆਜ਼ ਨਿਆਜ਼ੀ ਗੋਗੀ ਪੀਰਨੀ ਮਲਕ ਰਿਆਜ਼ ਦਾ ਮੁੰਡਾ ਅਲੀ ਰਿਆਜ਼ ਸ਼ਜ਼ਾਦ ਅਕਬਰ ਔਰ ਉਸ ਤੋਂ ਬਾਅਦ ਜ਼ulfੀ ਬੁਹਾਰੀ ਇਹ ਉਹ ਕਿਰਦਾਰ ਨੇ ਜਿਨ੍ਹਾਂ ਨੇ ਉਹ 60 ਅਰਬ ਰੁਪਈਆ ਜਿਹੜਾ ਉਹ ਮਲਕ ਰਿਆਜ਼ ਨੂੰ ਦਿੱਤਾ ਜਿਹੜਾ ਕਿ ਪਾਕਿਸਤਾਨੀਆਂ ਦਾ ਸੀ ਜਿਹੜਾ ਬਰਤਾਨੀਆਂ ਚ ਫੜਿਆ ਗਿਆ ਸੀ ਔਰ ਉਹਦੇ ਬਦਲੇ ਇਹਨਾਂ ਨੇ ਕਿਸੇ 2 ਅਰਬ ਲਿਆ ਕਿਸੇ 4 ਅਰਬ ਲਿਆ ਕਿਸੇ ਜ਼ਮੀਨ ਲਈ ਕਿਸੇ ਫਲੈਟ ਲਿਆ ਕਿਸੇ ਕੁਛ ਲਿਆ ਕਿਸੇ ਕੁਛ ਲਿਆ ਕਿਸੇ ਹੀਰੇ ਲਿਆ ਕਿਸੇ ਜਵਾਰਾਤ ਲਿਆ ਕਿਸੇ ਪਲਾਟ ਲੈ ਗੱਡੀਆਂ ਲਈਆਂ ਪਲਾਜ਼ੇ ਲੈ ਇਹ ਸਾਰਾ ਖਾਤਾ ਇਹਨਾਂ ਕੀਤਾ ਇਹ ਹੁਣ وفاقی کابینہ ਦੇ ਵਿੱਚ ਇਹ ਰੌਲਾ ਜਿਹੜਾ ਨਾ ਇਹ ਪੈ ਚੁੱਕਿਆ ਉਸ ਵਕਤ ਦੀ ਜਿਹੜੀ وفاقی کابینہ ਸੀ Imran Khan ਦੀ ਜਿਹਦੇ ਵਿੱਚ ਸ਼ਾਦ ਅਕਬਰ ਉਹ ਬੰਦ ਲਫਾਫਾ ਲੈ ਕੇ ਆਇਆ ਔਰ Imran Khan ਨੇ ਸਾਰਿਆਂ ਨੂੰ ਕਿਹਾ ਬਈਆ ਤੁਸੀਂ ਕਬੂਲ ਹੈ ਕਬੂਲੇ ਕਰ ਦਿਓ ਇਹਨੂੰ ਅਸੀਂ ਨਹੀਂ ਖੋਲ ਸਕਦੇ ਇਹ ਬੜਾ ਗੁਰਿਆਸਤੀ ਜਿਹੜਾ ਨਾ ਇਹ 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 ਮਾਮਲਾਤ ਨੇ ਤੇ ਇਹ ਅਸੀਂ ਕਬੀਨਾ ਦੇ ਅੱਗੇ ਵੀ ਖੋਲ ਨਹੀਂ ਸਕਦੇ ਬਸ ਸਾਰੇ ਆਮਨ ਕਰ ਦਿਓ ਉਹ ਕਈਆਂ ਨੇ ਤੇ ਆਮੀਨ ਕਰ ਦਿੱਤੀ ਤੇ ਕਈਆਂ ਨੇ ਆਮੀਨ ਨਾ ਕੀਤੀ ਉਹ ਜਿਨ੍ਹਾਂ ਦੇ ਵਿੱਚ ਆਮੀਨ ਨਾ ਨਾ ਕੀਤੀ ਗਈ ਉਹਦੇ ਵਿੱਚ ਇੱਕ ਖਤੂਨ ਵਫਾਕੀ ਵਜ਼ੀਰ ਸੀ ਜ਼ਬੈਦਾ ਜਲਾਲ ਇਹ ਜ਼ਬੈਦਾ ਜਲਾਲ ਜਿਹੜੀ ਹੈ ਇਹ ਬਲੋਚਿਸਤਾਨ ਤੋਂ ਹੈ ਤੇ ਇਹ ਮੁਸ਼ਰਫ ਦੌਰ ਤੋਂ ਹੀ ਵਜ਼ੀਰ ਆਉਂਦੀ ਹੈ ਮੈਨੂੰ ਲੱਗਦਾ ਹੈ ਜਦੋਂ ਪੈਦਾ ਹੋਈ ਸੀ ਤੇ ਇਹਦਾ ਨਾਮ ਜ਼ਬੈਦਾ ਜਲਾਲ ਐਵੇਂ ਰੱਖ ਦਿੱਤਾ ਗਿਆ ਸੀ ਜ਼ਬੈਦਾ ਵਜ਼ੀਰ ਰੱਖਣਾ ਚਾਹੀਦਾ ਸੀ ਇਹਦਾ ਨਾਮ ਜਿਹੜੀ ਵੀ ਹਕੂਮਤ ਆਉਂਦੀ ਹੈ ਇਹ ਵਫਾਕੀ ਵਜ਼ੀਰ ਉਹਦੇ ਵਿੱਚ ਹੁੰਦੀ ਹੈ ਪਤਾ ਨਹੀਂ ਇਹ ਕਿਸਾ ਕਿਤਾਬ ਨੇ ਕੀ ਆਣੀਆਂ ਜਾਣੀਆਂ ਨੇ ਬਰ ਮਕਦਰ ਉਹਦੇ ਪਾਈ ਅਸੀਂ ਕੀ ਕਹਿ ਸਕਨੇ ਉਹਦੇ ਮਕਦਰਾਂ ਚ ਹੀ ਬਜ਼ਾਰਤ ਲਿਖੀ ਹੈ ਹਰ ਹਕੂਮਤ ਚ ਤੇ ਅਸੀਂ ਉਹਨੂੰ ਰੋਕਤੇ ਨਹੀਂ ਨਾ ਸਕਦੇ ਕਿਸੇ ਦੇ ਮਕਦਰ ਤੇ ਅਸੀਂ ਨਹੀਂ ਨਾ ਰੋਕ ਸਕਤੇ ਤੇ ਇਹ ਜਨਾਬ ਇਹ وفاقی وزیر صاحب ਜ਼ਬੈਦਾ ਜਲਾਲ ਜਿਹੜੀ ਹੈ ਇਹਨੇ ਨਾਇਬ ਦੇ ਅੱਗੇ ਪੇਸ਼ ਹੋ ਗਈ ਹੈ ਕਿਉਂਕਿ ਇਹਨੇ ਇਹ ਉਹਨਾਂ ਚੰਦ وفاقی وزراء ਦੇ ਵਿੱਚੋਂ ਸੀ ਜਿਨ੍ਹਾਂ ਨੇ ਉਹ ਬੰਦ ਲਫਾਫਾ ਖੋਲਣ ਵਾਸਤੇ ਰੌਲਾ ਪਾਇਆ ਸੀ ਕਬੀਨਾਂ ਚ ਕਿ ਇਹ ਖੋਲੋ ਇੱਥੇ ਸਾਨੂੰ ਪਤਾ ਲੱਗੇ ਵੈਸੀ ਜੇ ਤੇ ਆਮਨ ਕਰਨੇ ਆ ਪਿਆ ਇਹ ਸ਼ੈ ਕੀ ਹੈ ਇਹ ਕੀ ਇਹਦੇ ਵਿੱਚ ਇਹ ਕਿਹੜੇ ریاਸਤੀ ਮਾਮਲਾਤ ਨੇ ਬਈ ਜਿਹੜੇ وفاقی ਕਬੀਨਾ ਅੱਗੇ ਵੀ ਤੁਸੀਂ ਨਹੀਂ ਖੋਲ ਸਕਦੇ ਰੌਲਾ ਤੇ 60 ਰੁਪਏ ਦਾ ਮਲ ਪੈਸਾ ਮਲਕ ਰਿਆਜ਼ ਦਾ ਫੜਿਆ ਗਿਆ ਤੇ ਤੁਸੀਂ ਕਬੀਨਾ ਕੋਲੋਂ ਆਮਨ ਕਰਾ ਕੇ ਤੇ ਕਬੀਨਾ ਕੋਲੋਂ ਕਿਉਂ ਛੁਪਾਉਂਦੇ ਹੋ ਬਈ ਇਹਦੇ ਵਿੱਚ ਕਿਹੜੇ ਹਸਾਸ ਮਾਮਲਾਤ ਨੇ ਏ ਜ਼ਬੈਦਾ ਜਲਾਲ ਨੇ ਉਦੋਂ ਰੌਲਾ ਪਾਇਆ ਸੀ ਇੱਕ ਦੋ ਹੋਰ ਵਜ਼ੀਰਾਂ ਨੇ ਵੀ ਰੌਲਾ ਪਾਇਆ ਸੀ ਉਹ ਵੀ ਅਗਲੇ ਚੰਦ ਹਫ਼ਤਿਆਂ ਦੇ ਵਿੱਚ ਆਣਗੇ ਗਵਾਹੀ ਦੇ ਤੌਰ ਤੇ ਇਹ ਹੁਣ ਜ਼ਬੈਦਾ ਜਲਾਲ ਸਾਹਿਬਾਂ ਨੇ ਮੰਜੀ ਜਿਹੜੀ ਹੈ ਇਹ ਠੋਕੀ ਹੈ ਇਹ ਠੋਕ ਕੇ ਤੇ ਨਾਇਬ ਦੇ ਅੱਗੇ ਸਾਰੀ ਹਕੀਕਤ ਜਿਹੜੀ ਹੈ ਉਹ ਬਿਆਨ ਕਰ ਦਿੱਤੀ ਹੈ ਔਰ ਜਿਹੜੇ ਮਿੰਟਸ ਹਨ ਉਸ ਮੀਟਿੰਗ ਦੇ ਉਹ ਵੀ ਇਹਨੇ ਸਾਰੇ ਇਹ ਅੱਗੇ ਰੱਖ ਦਿੱਤੇ ਨੇ ਔਰ ਕਿਸ ਤਰ੍ਹਾਂ ਇਮਰਾਨ ਖਾਨ ਨੇ ਸਾਰਿਆਂ ਨੂੰ ਝਾੜ ਪਲਾਈ ਕਿ ਕੋਈ ਬੰਦਾ ਨਾ ਬੋਲੇ ਇਹ ਅਸੀਂ ਮਲਕ ریاض ਨੂੰ ਇਹ ਅਸੀਂ ਫੇਵਰ ਦੇਣੀ ਹੈ ਇਹ 60 ਅਰਬ ਰੁਪਈਆ ਨੂੰ ਅਸੀਂ ਦੇਣਾ ਤੇ ਦੱਸਣਾ ਨਹੀਂ ਕਿਸੇ ਨੂੰ ਇਹ ਬੜਾ ਹਸਾਸ ਮਾਮਲਾ ਹੈ ਤੇ ਆਮਿਨ ਕਰ ਦਿਓ ਤੇ ਸਾਈਨ ਕਰ ਦਿਓ ਤੇ ਇਹ ਜ਼ਬੈਦਾ ਜਲਾਲ ਜਿਹੜੀ ਇਹਨੇ ਉਹ ਤੋਂ 10 ਗੱਤ ਵੀ ਨਹੀਂ ਸੀ ਕੀਤੇ ਤੇ ਹੋਰ ਵੀ ਇੱਕ ਦੋ ਵਜ਼ੀਰਾ ਨੇ ਨਹੀਂ ਸੀ ਕੀਤੇ ਉਸ ਏਜੰਡੇ ਤੇ ਤੇ ਇਹਨੇ ਸਾਰਾ ਕੁਝ ਦੱਸ ਦਿੱਤਾ ਜੀ ਨਿਆਜ਼ੀ ਕਸੂਰਵਾਰ ਜੀ ਔਰ ਇਹਦੇ ਨਾਲ ਸ਼ਹਾਜ਼ਾਦ ਅਕਬਰ ਜੀ ਇਹਨਾਂ ਨੇ ਮਿਲ ਕੇ ਉਹ 60 ਅਰਬ ਰੁਪਈਆ ਜਿਹੜਾ ਉਹ ਖਾਧਾ ਤੇ ਕਬੀਨਾ ਨੂੰ ਵੀ ਇਹਨਾਂ ਇਹਦੇ ਵਿੱਚ ਵਾੜਨ ਦੀ ਕੋਸ਼ਿਸ਼ ਕੀਤੀ ਤੇ ਲੇਕਿਨ ਮੈਂ ਉਦੋਂ ਵੀ ਰੜਾ ਪਾਇਆ ਸੀ ਲੇਕਿਨ ਮੇਰੀ ਗੱਲ ਨਾ ਸੁਣੇਗੀ ਤੇ ਨਾਇਬ ਦੇ ਅੱਗੇ ਜ਼ਬੈਦਾ ਜਲਾਲ ਨੇ ਸਾਰੀ ਕਹਾਣੀ ਜਿਹੜੀ ਹੈ ਕਬੀਨਾ ਦੇ اجلاس ਦੀ ਖੋਲ ਦਿੱਤੀ ਤੇ ਇੱਕ ਸਾਫ਼ ਦੀ ਚਸ਼ਮਦੀਦ ਗਵਾਹ ਇਸ ਕੇਸ ਦੇ ਵਿੱਚ ਨਿਆਜ਼ੀ ਦੇ ਖਿਲਾਫ ਇਹ ਵਫਾਕੀ ਕਬੀਨਾ ਦੀ ਰੋਕਣ ਜਿਹੜੀ ਹੈ ਉਹ ਆ ਗਈ ਹੈ ਤੇ ਇਹਦੇ ਵਿੱਚ ਹੁਣ ਇਹ ਹੀ ਹੈ ਕਿ ਨਿਆਜ਼ੀ ਦਾ ਬਚਣਾ ਜਿਹੜਾ ਉਹ ਬਿਲਕੁਲ ਨਾ ਮਮਕਨ ਹੋ ਚੁੱਕਿਆ ਇਸ 60 ਅਰਬ ਰੁਪਏ ਵਾਲੇ ਅਲ ਕਾਦਰ ਟਰਸਟ ਕੇਸ ਦੇ ਵਿੱਚ ਤੇ ਇਮਰਾਨ ਰਿਆਜ਼ ਖਾਨ ਬੋਰੀਆ ਬਿਸਤਰਾ ਬਨ ਰਿਹਾ ਹੌ ਹੌਲਾ ਬਰਤਾਨੀਆਂ ਜਾਣ ਵਾਸਤੇ ਤੁਹਾਡਾ ਸ਼ਾਹ ਜੀ ਇਹ ਮੁਲਕ ਛੱਡ ਕੇ ਕਿਧਰੇ ਜਾਣਾ ਨਹੀਂ ਚਾਹੀਦਾ ਬਹੁਤ ਸ਼ੁਕਰੀਆ